ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਨਾਲ ਹੱਥੋਂ ਪਾਈ ਕੀਤੀ ਗਈ ਬਾਈਕ ਸਵਾਰ ਨੌਜਵਾਨਾਂ ਦੇ ਵੱਲੋਂ ਇਸ ਕਾਰਨਾਮੇ ਨੂੰ ਅੰਜਾਮ ਦਿੱਤਾ ਗਿਆ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਹੱਥੋਂ ਪਾਈ ਮੌਕੇ ਇੱਕ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਪੱਗ ਲੱਥ ਗਈ, ਇੱਕ ਦੀ ਵਰਦੀ ਤੱਕ ਪਾੜ ਦਿੱਤੀ ਗਈ। ਦੱਸਦੀ ਹੈ ਕਿ ਬਾਈਕ ਸਵਾਰਾਂ ਨੂੰ ਜਦੋਂ ਰੋਕਿਆ ਗਿਆ ਤਾਂ ਉਹ ਪੁਲਿਸ ਦੇ ਨਾਲ ਬਹਿਸਣ ਲੱਗ ਪਏ ਔਰ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਸ ਦੇ ਕਹਿਣ 'ਤੇ ਨਾਕਾ ਲਗਾ ਕੇ ਖੜ੍ਹੇ ਹੋ। ਇੰਨੇ ਨੂੰ ਕੰਮ ਵੱਧ ਗਿਆ, ਪੁਲਿਸ ਮੁਲਾਜ਼ਮਾਂ ਦੇ ਨਾਲ ਇਹਨਾਂ ਨੌਜਵਾਨਾਂ ਦੀ ਹੱਥੋਂ ਪਾਈ ਹੋ ਗਈ। ਦੱਸਦੇ ਕਿ ਫਿਰੋਜ਼ਪੁਰ ਦੇ ਬਾਂਸੀ ਗੇਟ 'ਤੇ ਇਹ ਨਾਕਾ ਲੱਗਿਆ ਹੋਇਆ ਸੀ। ਬਾਈਕ ਸਵਾਰਾਂ ਨੂੰ ਜਦੋਂ ਮੁਲਾਜ਼ਮਾਂ ਨੇ ਰੋਕਿਆ ਤਾਂ ਉਹਨਾਂ ਦੇ ਨਾਲ ਬਹਿਸਣ ਲੱਗ ਪਏ, ਉਹਨਾਂ ਦੇ ਨਾਲ ਤਿੱਖੀ ਬਹਿਸ ਹੋਈ ਔਰ ਫਿਰ ਪੁਲਿਸ ਮੁਲਾਜ਼ਮਾਂ ਦੇ ਨਾਲ ਹੱਥੋਂ ਪਾਈ ਕਰਨ ਲੱਗ ਪਏ, ਜਿਸ ਮੌਕੇ ਇੱਕ ਪੁਲਿਸ ਮੁਲਾਜ਼ਮ ਦੀ ਪੱਗ ਲੱਥ ਗਈ ਔਰ ਇੱਕ ਦੀ ਵਰਦੀ ਤੱਕ ਪਾੜ ਦਿੱਤੀ ਗਈ। ਦੂਜੇ ਪਾਸੇ ਪੁਲਿਸ ਦੇ ਮੁਲਾਜ਼ਮਾਂ ਨੇ ਇਹਨਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਦੇ ਵਿੱਚ ਲਿਜਾਇਆ ਗਿਆ, ਮੋਟਰਸਾਈਕਲ ਨੂੰ ਜ਼ਬਤ ਕੀਤਾ ਗਿਆ ਔਰ ਇਹਨਾਂ 'ਤੇ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ। ਪੁਲਿਸ ਮੁਲਾਜ਼ਮ ਦੇ ਮੁਤਾਬਿਕ ਇਹਨਾਂ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਤੋਂ ਬਾਅਦ ਇਹਨਾਂ ਨੇ ਪੁਲਿਸ ਮੁਲਾਜ਼ਮਾਂ ਦੇ ਨਾਲ ਜੱਫੇ ਲਾਏ, ਹੱਥੋਂ ਪਾਈ ਕੀਤੀ, ਇੱਥੋਂ ਤੱਕ ਕਿ ਗਾਲਾਂ ਵੀ ਕੱਢੀਆਂ। ਇਹ ਵੀ ਆ ਰਹੇ ਜੀ, ਇੱਧਰੋਂ ਪਾਸੋਂ ਆ ਰਹੇ ਜੀ, ਆਪਣੇ ਅਸੀਂ ਹੱਥ ਦਿੱਤਾ ਜੀ ਇਹਨਾਂ ਨੂੰ ਅਤੇ ਰੁਕੇ ਨੇ, ਰੁਕ ਕੇ ਜੀ ਕਦੇ ਹਾਂ ਦੱਸੋ ਤੁਸੀਂ ਇੱਥੇ ਕਿਹਨੂੰ ਪੁੱਛ ਕੇ ਨਾਕਾ ਲਾਏ, ਤੁਸੀਂ ਨਾਕਾ ਲਾ ਨਹੀਂ ਸਕਦੇ। ਹਾਂ, ਅਤੇ ਸ਼ਰਾਬ ਨਾ ਰੱਖੇ ਜੀ, ਦਾਰੂ ਨਾ ਪੀਤੀ ਹੁੰਦੀ, ਅਸੀਂ ਰੁਕਿਆ ਦਾਰੂ, ਤੁਸੀਂ ਪੇਪਰ ਮੰਗੇ, ਕਦੇ ਕੋਈ ਪੇਪਰ ਨਹੀਂ ਗਏ, ਪੁਲਿਸਾਂ ਨੂੰ ਸਾਰਾ ਤੁਸੀਂ ਕਰ ਛੱਡ ਜਾਓਗੇ, ਪੇਪਰ ਅੱਗੇ ਉੱਤਰਦਿਆਂ ਨਾਲ ਹੀ ਗਲ ਪੈ ਗਏ ਨੇ, ਪਹਿਲਾਂ ਮੇਰੇ ਗਲ ਪੈ ਗਏ, ਫਿਰ ਦੂਜੇ ਮਲਾਈ ਦੇ ਪੈ ਗਏ, ਫਿਰ ਥਾਂਦਰ ਦੇ ਗਲ ਪੈ ਗਏ ਨੇ ਜੀ। ਹਾਂਜੀ, ਕੀ ਮੰਗ ਕਰਦੇ ਹੋ? ਥਾਂਦਰ ਦੇ ਤੇ ਇਹਨਾਂ ਦੇ ਪਰਚਾ ਹੋਣਾ ਕਰਵਾਉਣਾ ਚਾਹੀਦਾ ਜੀ। ਤੁਹਾਡਾ ਕੀ ਕੀ ਨੁਕਸਾਨ ਹੋਇਆ? ਸਾਡਾ ਨੁਕਸਾਨ ਵਰਦੀ ਆ, ਸ਼ੋਲਡਰ ਪਾਰਟ 'ਤੇ ਵਰਦੀ ਪਾਰਟੀ ਆ, ਬਟਨ ਤੋੜ 'ਤੇ ਜੀ ਗਲ ਪੈ ਗਏ, ਲਾ ਕੇ ਉੱਤ ਗਏ ਜੀ। ਉੱਧਰ ਸਾਡੀ ਜਿਹੜੀ ਟ੍ਰੈਫਿਕ ਪੁਲਿਸ ਹੈ, ASI ਗੁਰਮੀਤ ਸਿੰਘ ਦੇ ਅੰਡਰ ਉੱਥੇ ਨਾਕਾ ਲੱਗਿਆ ਹੋਇਆ ਸੀਗਾ। ਇੱਕ ਮੋਟਰਸਾਈਕਲ 'ਤੇ ਦੋ ਆਦਮੀ ਆਏ ਜਿਨ੍ਹਾਂ ਦੀ ਸ਼ਰਾਬ ਪੀਤੀ ਹੋਈ ਸੀਗੀ, ਉਹਨਾਂ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਆਪਸ ਵਿੱਚ ਦੀ ਉਹਨੇ ਪੁਲਿਸ ਦੇ ਖਿਲਾਫ ਜਾਂ ਜੋ ਵੀ ਉੱਥੇ ਬਸ ਰੋਕੀ ਕਰਨ ਦੀ ਕੋਸ਼ਿਸ਼ ਕੀਤੀ, ਜਿੱਥੇ ਇਹਨਾਂ ਦਾ ਆਪਸ ਵਿੱਚ ਦੀ ਝਗੜਾ ਵੀ ਹੋਇਆ ਪੁਲਿਸ ਵਾਲਿਆਂ ਨਾਲ। ਹੁਣ ਅਸੀਂ ਜੋ ਉਹਨਾਂ ਨੇ ਗਲਤ ਕਾਰਵਾਈ ਕੀਤੀ ਪੁਲਿਸ ਦੇ ਮੁਲਾਜ਼ਮਾਂ ਦੇ ਨਾਲ, ਉਸ ਸੰਬੰਧੀ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆ ਰਹੇ ਹਾਂ। ਹਾਂ, ਇੱਕ ਮੁਲਾਜ਼ਮ ਦੀ ਸਾਡੇ ਦੀ ਜਿਹੜਾ ਥੋੜ੍ਹੀ ਵਰਦੀ ਫੱਟੀ ਹੈ, ਅੱਗੇ ਮੁਕੱਦਮਾ ਦਰਜ ਕੀਤਾ ਜਾ ਰਿਹਾ।